ਸ਼ੇਰ ਦੀ ਮਾਂ ਨੇ ਸ਼ੇਰ ਪਾਲਿਆ ਉਹਨੂੰ ਕਹਿਣ ਕਿ ਪੁੱਤ ਜੰਗਲੀ ਤਿੰਨ ਤਰਫਾ ਚੱਲ ਜਾਈ ਚੌਥੀ ਤਰਫ ਨਾ ਜਾਈ ਉਹਨੇ ਪੁੱਛਿਆ ਮਾਂ ਉੱਧਰ ਕੀ ਗੱਲ ਆ ਆਖੇ ਪੁੱਤ ਉੱਧਰ ਬੰਦਾ ਆਇਆ ਫੜ ਕੇ ਬੰਨ ਲੈਂਦਾ ਜੀ ਉਹ ਸ਼ੇਰ ਬੜਾ ਫਿਟਾ ਸੀ ਉਹ ਕਹਿੰਦਾ ਮੈਂ ਬੰਦੇ ਨੂੰ ਕੀ ਮੰਨੀ ਬੈਠਾ ਉਹ ਚੌਥੀ ਤਰਫ ਨੂੰ ਤੁਰ ਪਿਆ ਜਾਂਦਾ ਤਾਂ ਮੂਹਰੇ ਇੱਕ ਖੋਤਾ ਵੱਧਾ ਆ ਉਹਨੂੰ ਪੁੱਛਦਾ ਕਿਉਂ ਬਈ ਤੂੰ ਬੰਦਾ ਆ ਕਹਿੰਦਾ ਨਹੀਂ ਮੈਂ ਬੰਦਾ ਨਹੀਂ ਬੰਦਾ ਮੈਨੂੰ ਬੰਨ ਗਿਆ ਅੱਛਾ ਬਾਈ ਫਿਰ ਗਾਂ ਤੁਰ ਪਿਆ ਮੂਹਰੇ ਇੱਕ ਘੋੜਾ ਵੱਧਾ ਆ ਉਹਨੂੰ ਪੁੱਛਦਾ ਕਿਉਂ ਬਈ ਤੂੰ ਬੰਦਾ ਆ ਕਹਿੰਦਾ ਨਹੀਂ ਮੈਂ ਬੰਦਾ ਨਹੀਂ ਬੰਦਾ ਮੈਨੂੰ ਬੰਨ ਗਿਆ ਫਿਰ ਗਾਂ ਤੁਰ ਪਿਆ ਉੱਧਰੋਂ ਫਸਲਾਂ ਵਿੱਚੋਂ ਬੰਦਾ ਨਿਕਲ ਪਿਆ ਮੂਹਰੇ ਸ਼ੇਰ ਨਿਕਲ ਪਿਆ ਸ਼ੇਰ ਕਹਿੰਦਾ ਕਿਉਂ ਬਈ ਤੂੰ ਬੰਦਾ ਆ ਕਹਿੰਦਾ ਹੈ ਤਾਂ ਮੈਂ ਬੰਦਾ ਹੀ ਬਈ ਅਖੇ ਦੌੜਨਾ ਜਿੱਧਰ ਦੌੜਨਾ ਮੈਂ ਤੈਨੂੰ ਅੱਜ ਖਾ ਲੈਣਾ ਜੀ ਬੰਦਾ ਕਹਿੰਦਾ ਖਾ ਤਾਂ ਤੂੰ ਮੈਨੂੰ ਜ਼ਰੂਰ ਲੈਣਾ ਪਰ ਖਾਈ ਕਿਸੇ ਸੂਰਮਗਤੀ ਨਾ ਆਖੇ ਸੂਰਮਗਤੀ ਕੀ ਕਹਿੰਦਾ ਤੂੰ ਮੇਰੇ ਨਾਲ ਘੁੜ ਲਾ ਜਦੋਂ ਤੂੰ ਮੈਨੂੰ ਢਾ ਗਿਆ ਚਾਹੇ ਖਾ ਲਈ ਤਾਂ ਚਾਹੇ ਲੈ ਜਾਈ ਅਤੇ ਜੇ ਮੈਂ ਤੈਨੂੰ ਢਾ ਲਿਆ ਤਾਂ ਫੜ ਕੇ ਬੰਨ ਲਊਂਗਾ ਬੰਦਾ ਕਹਿੰਦਾ ਚੱਲ ਲਾ ਟੱਲੇ ਉਹ ਟੱਲੇ ਲਾਉਣ ਲੱਗ ਪਿਆ ਸ਼ੇਰ ਕਹਿੰਦਾ ਲਾ ਟੱਲੇ ਬੰਦਾ ਟੱਲੇ ਲਾਉਣ ਲੱਗ ਪਿਆ ਮੁੜ ਕੇ ਫੇਰ ਪਾਉਣ ਲੱਗ ਪਿਆ ਸ਼ੇਰ ਪੁੱਛਦਾ ਕਿਉਂ ਬਈ ਤੂੰ ਫੇਰ ਟੱਲੇ ਪਾਉਣ ਲੱਗ ਪਿਆ ਕਹਿੰਦਾ ਯਾਰ ਆਪਾਂ ਦੋ ਜਣੇ ਹਾਂ ਜੇ ਤੂੰ ਢਹਿ ਗਿਆ ਤੂੰ ਨਹੀਂ ਮੰਨਣਾ ਜੇ ਮੈਂ ਢਹਿ ਗਿਆ ਤਾਂ ਮੈਂ ਨਹੀਂ ਮੰਨਣਾ ਤੀਸਰਾ ਬੰਦਾ ਕੋਲ ਚਾਹੀਦਾ ਉਹ ਕਹਿਣ ਲੱਗਾ ਮੈਂ ਤਾਂ ਨਹੀਂ ਜਾ ਸਕਦਾ ਜਾਂ ਤੀਸਰਾ ਬੰਦਾ ਤੂੰ ਕੋਲ ਲਿਆ ਉਹ ਪੰਜ ਸੱਤ ਕਰਮਾਂ ਤੁਰਿਆ ਤੁਰ ਕੇ ਫਿਰ ਮੁੜਿਆ ਆ ਕਿਉਂ ਬਈ ਤੂੰ ਫਿਰ ਮੁੜਿਆ ਆ ਕਹਿੰਦਾ ਯਾਰ ਮੈਂ ਬੰਦਾ ਲੈਣ ਚੱਲ ਗਿਆ ਤੂੰ ਮੋਰੋ ਦੌੜ ਗਿਆ ਮੈਂ ਬੰਦੇ ਨੂੰ ਕੀ ਦਿਖਾਉਂ ਮੈਨੂੰ ਤਾਂ ਤੇਰੇ ਐਤਵਾਰ ਹੀ ਕੋਈ ਨਹੀਂ ਆਖੇ ਤੈਨੂੰ ਕਿੱਦਾਂ ਐਤਵਾਰ ਆ ਮੈਨੂੰ ਤਾਂ ਇਹ ਐਤਵਾਰ ਆ ਮੈਂ ਤੈਨੂੰ ਬਿੱਲ ਫੜ ਕੇ ਬੰਨ ਲਵਾਂ ਉਹ ਕਹਿਣ ਲੱਗਾ ਲੈ ਬੰਨ ਲਾ ਹੁਣ ਸ਼ੇਰ ਨੂੰ ਕਾਬੂ ਕਰਕੇ ਬੰਨ ਲਿਆ ਇੱਕ ਸੁੱਕਾ ਭੰਨਿਆ ਟੰਬਾ ਫੇਰਿਆ ਸ਼ੇਰ ਦੇ ਦੁਆਲੇ ਕਹਿਣ ਲੱਗਾ ਇੱਧਰ ਫਿਰ ਵੀ ਆਵੇਂਗਾ ਉਹ ਕਹਿਣ ਲੱਗਾ ਹੁਣ ਛੱਡ ਦੇ ਫੇਰ ਨਹੀਂ ਆਉਂਦਾ ਹੁਣ ਸ਼ੇਰ ਨੂੰ ਛੱਡ ਦਿੱਤਾ ਸ਼ੇਰ ਘਰ ਚੱਲ ਗਿਆ ਉਹਦੀ ਮਾਂ ਪੁੱਛਦੀ ਵੀ ਪੁੱਤ ਅੱਜ ਤਾਂ ਬੜਾ ਲਹੂ ਲਹਾਨ ਹੋ ਗਿਆ ਕਿਹਦੇ ਨਾਲ ਲੜ ਪਿਆ ਸੀ ਕਿਉਂਕਿ ਮਾਂ ਤੂੰ ਜਿੱਦਣ ਗਏ ਸੀ ਬੰਦਾ ਫੜ ਕੇ ਬੰਨ ਲੈਂਦਾ ਅੱਜ ਮੈਂ ਉੱਧਰ ਨੂੰ ਚੱਲ ਗਿਆ ਉਹ ਬੰਦੇ ਨੂੰ ਤਾਂ ਨਹੀਂ ਸੀ ਮੰਨੀ ਬੈਠਾ ਜਿਹੜਾ ਟੰਬਾ ਸੀ ਉਹਨੇ ਮੇਰਾ ਮੰਦਾ ਹਾਲ ਕੀਤਾ